ਪ੍ਰਧਾਨ ਸਾਹਿਬ ਅੱਜ ਸਾਡਾ ਧਰਨਾ ਲੱਗਾ, ਕਿਸ ਸੰਬੰਧ ਵਿੱਚ ਲੱਗਾ? ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਬਿਰਤਾ ਹੱਸ ਕੇ ਕੌਮ ਜੋ ਜਰ ਜਾਂਦੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਜਿਹੜੇ 750 ਤੋਂ ਉੱਤੇ ਕਿਸਾਨ ਸ਼ਹੀਦ ਸਾਡੇ ਬਾਬਾ ਜੀ ਹੋਏ ਨੇ, ਉਹਨਾਂ ਨੂੰ ਅੱਜ ਯਾਦ ਕਰਦੇ ਹੋਏ ਜਿਹੜੀ ਬੀਜੇਪੀ ਸਰਕਾਰ ਨੇ ਕਾਲੇ ਕਾਨੂੰਨ ਤਿੰਨ ਲਿਆਂਦੇ ਨੇ, 750 ਉੱਤੇ ਕਿਸਾਨ ਤੇ ਮਜ਼ਦੂਰ ਸਾਡੇ ਸ਼ਹੀਦ ਹੋ ਗਏ ਸੀਗੇ, ਉਹਨਾਂ ਨੂੰ ਯਾਦ ਕਰਦੇ ਹੋਏ ਕਿਤੇ ਉਹਨਾਂ ਦੀ ਆਤਮਾ ਇਹ ਨਾ ਕਹਿਣ ਬਈ ਇਹ ਲੋਕ ਜਿਹਨਾਂ ਲੋਕਾਂ ਨੇ ਸਾਡੀਆਂ ਲਾਸ਼ਾਂ ਮੋਢੇ ਤੇ ਢੋਈਆਂ, ਅੱਜ ਇਹਨਾਂ ਪਾਰਟੀਆਂ ਦੇ ਨਾਲ ਬੀਜੇਪੀ ਨਾਲ ਖੜ ਗਏ ਆ, ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਇਹ ਧਰਨਾ ਲਾ ਕੇ ਬੈਠੇ ਆ। ਬੀਜੇਪੀ ਆਗੂ ਸੁਖੀਰ ਰੰਕੂ ਦਾ ਮੋਦੀ ਸਰਕਾਰ ਦਾ ਵਿਰੋਧ ਕਰਨ ਲਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਆ ਪੰਜਾਬ ਦੇ ਵਿੱਚ 1 ਜੂਨ ਨੂੰ ਪੈਣੀਆਂ ਆ, 4 ਜੂਨ ਨੂੰ ਰਿਜ਼ਲਟ ਆਉਣਾ, ਪੰਜਾਬ ਦੇ ਵਿੱਚੋਂ ਦੱਸਣਾ ਚਾਹੁੰਦੇ ਆ ਪੂਰੇ ਭਾਰਤ ਦੇ ਜਿਹੜੇ ਮੈਸੇਜ ਆਊਗਾ ਅੱਜ ਦਾ ਇਹ ਵੀ ਜਲੰਧਰ ਦੇ ਲੋਕਾਂ ਨੇ ਸੁਖੀਰ ਰੰਕੂ ਦਾ ਇੱਦਾਂ ਠੋਕ ਕੇ ਵਿਰੋਧ ਕੀਤਾ, 5-6 ਘੰਟੇ ਲਗਾਤਾਰ ਵਿਰੋਧ ਕਰਕੇ ਉਹ ਬੰਦਾ ਇੱਥੇ ਆ ਕੈਂਡੀਡੇਟ ਅੰਦਰ ਗੱਡੀ ਵੀ ਭਜਾ ਕੇ ਲਗਾ ਕੇ ਲਗਿਆ, ਕਿਉਂਕਿ ਸਾਨੂੰ ਸੁਵਖਤ ਸਮਾਜ ਮੋਰਚੇ ਦੀ ਜਿਹੜੀ ਸੁਵਖਤ ਕਿਸਾਨ ਮੋਰਚੇ ਦੀ ਕਾਲ ਸੀ ਉਹਦੇ ਵਿੱਚ ਇਹ ਸੀ ਵੀ ਰਸਤੇ ਨਹੀਂ ਰੋਕਣੇ, ਸ਼ਾਂਤੀ ਤਰੀਕੇ ਨਾਲ ਬਹਿਣਾ ਆ, ਰਸਤਾ ਛੱਡ ਕੇ ਇੱਕ ਸਾਈਡ ਤੇ ਹੋ ਕੇ ਬਹਿ ਕੇ, ਪਰ ਉਹਦੇ ਕੋਲ ਹਿੰਮਤ ਨਹੀਂ ਪਈ ਕਿਸਾਨਾਂ ਨੂੰ ਇੱਕ ਵਾਰੀ ਆਣ ਕੇ ਐਂ ਵੀ ਕਰਕੇ ਕਹਿ ਦੇਵੇ ਵੀ ਅਸੀਂ ਕਿਸਾਨਾਂ ਦੀ ਗੱਲ ਕਰਾਂਗੇ, ਦਲ ਬਦਲੂਗਾ, ਇਹ ਲੀਡਰ ਇਹਨਾਂ ਲੀਡਰਾਂ ਦਾ ਵਿਰੋਧ ਕਰਾਂਗੇ, ਉਹਨਾਂ ਲੀਡਰਾਂ ਦਾ ਵੀ ਵਿਰੋਧ ਕਰਨਾ ਚਾਹੀਦਾ। ਮੈਂ ਤਾਂ ਕਹੂੰਗਾ ਮੇਰੀ ਆਪਣੀ ਸੋਚ ਕਹਿ ਰਹੀ ਆ ਵੀ ਜਿਹੜੇ ਲੀਡਰ ਸਾਡੇ ਜਲੰਧਰ ਜ਼ਿਲ੍ਹੇ ਨੇ ਸਾਨੂੰ ਭਾਰਤ ਦੇਸ਼ ਦੇ ਲਈ ਇੰਦਰ ਕੁਮਾਰ ਗੁਜਰਾਲ ਵਰਗੇ ਪ੍ਰਧਾਨ ਮੰਤਰੀ ਦਿੱਤੇ, ਸਾਡੇ ਜ਼ਿਲ੍ਹੇ ਦੇ ਵਿੱਚੋਂ ਪੰਜਾਬ 'ਚੋਂ ਮੁੱਖ ਮੰਤਰੀ ਪੈਦਾ ਹੋਏ, ਅਸੀਂ ਬਾਹਰਲੇ ਲੋਕਾਂ ਨੂੰ ਵੋਟ ਪਾਵਾਂਗੇ, ਸਾਨੂੰ ਕਿਤੇ ਕੰਮ ਪੈ ਜਾਵੇ ਤਾਂ ਅਸੀਂ ਕਿੱਥੇ ਜਾਣਾ ਆ, ਇਸ ਕਰਕੇ ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਪਊਗੀ। ਇੱਥੇ ਕੋਈ ਇੱਕ ਦੋ ਚਾਰ ਪਾਰਟੀਆਂ ਨਹੀਂ, ਅਸੀਂ ਜੇ ਜਿਤਾਉਣਾ ਤਾਂ ਕਿਸੇ ਨੂੰ ਯਾਦ ਨੂੰ ਚੰਗੇ ਕਿਸੇ ਸੂਝਵਾਨ ਲੀਡਰ ਨੂੰ ਤੁਸੀਂ ਵੋਟ ਪਾ ਕੇ ਜਿਤਾਇਓ। ਇਹਦੇ ਲਈ ਅੱਜ ਧਰਨਾ ਲਾਇਆ, ਬੀਜੇਪੀ ਦਾ ਵਿਰੋਧ ਕਰ ਰਹੇ ਹਾਂ, ਪੂਰੇ ਭਾਰਤ ਦੇਸ਼ ਦੇ ਵਿੱਚ ਹੋ ਰਿਹਾ ਵਿਰੋਧ, ਪੂਰੇ ਪੰਜਾਬ ਦੇ ਵਿੱਚ ਵਿਰੋਧ ਕਰਾਂਗੇ, ਸ਼ਹਿਰਾਂ 'ਚ ਵਿਰੋਧ ਕਰਾਂਗੇ, ਪਿੰਡਾਂ 'ਚ ਵਿਰੋਧ ਕਰਾਂਗੇ, ਬੈਨਰ ਲਾ ਕੇ ਵਿਰੋਧ ਕਰਾਂਗੇ। ਤੁਹਾਨੂੰ ਲੱਗਦਾ ਵੀ ਤੁਹਾਡੇ ਸਵਾਲਾਂ ਦਾ ਜਵਾਬ ਦੇ ਪਾਉਣਗੇ? ਦੇਖੋ ਕਿਸਾਨਾਂ ਦਾ ਜਵਾਬ ਤਾਂ ਸਿਰਫ ਇਹ ਹੀ ਹੁੰਦਾ ਜੇ ਉਹ ਨਹੀਂ ਦੇ ਸਕਦੇ ਤੇ ਤਾਂ ਨਹੀਂ ਰੋਕਦੇ, 1 ਜੂਨ ਨੂੰ ਲੋਕ ਦੇਣਗੇ ਪੰਜਾਬ ਦੇ ਆਪਣੀ ਵੋਟ ਦਾ ਬਟਨ ਦਬਾ ਕੇ ਉਹਦੇ ਨਾਲ ਵਿਰੋਧ ਕਰਨਗੇ ਦੀ ਜਮਾਨਤ ਜ਼ਬਤ ਹੋ ਜਲੰਧਰ ਜ਼ਿਲ੍ਹੇ। ਕਿਸਾਨੀ ਜਥੇਬੰਦੀਆਂ ਵੀ ਕਿਸੇ ਇਲੈਕਸ਼ਨ ਲੜ ਰਹੀਆਂ ਕਿ ਨਹੀਂ ਪਲਾਉਣ? ਨਹੀਂ, ਕਿਸਾਨ ਜਥੇਬੰਦੀਆਂ ਕੋਈ ਨਹੀਂ ਇਲੈਕਸ਼ਨ ਲੜ ਰਹੀਆਂ, ਇਹ ਕਿਸਾਨ ਤੇ ਮਜ਼ਦੂਰ ਆ ਜਿੱਥੇ ਸੜਕਾਂ ਤੇ ਬੈਠਣ ਦਾ ਵਿਰੋਧ ਕਰਨ ਲਈ ਕਿਸਾਨ ਤੇ ਮਜ਼ਦੂਰ ਨੇ ਸੰਘਰਸ਼ ਲੜਿਆ, ਬਾਕੀ ਦੁਕਾਨਦਾਰ ਭਰਾਵਾਂ ਨੇ ਸਾਡਿਆਂ ਨੇ ਸਾਰੇ ਮੁਲਾਜ਼ਮ ਬਈਆਂ ਨੇ ਉਹਦੇ ਦਾ ਸਾਥ ਦਿੱਤਾ, ਇਹਨਾਂ ਨੇ ਮੋਹਰੇ ਹੋ ਕੇ ਲੜਿਆ, ਉਹਨਾਂ ਨੇ ਸਾਥ ਦਿੱਤਾ, ਅੱਜ ਵੀ ਉਹਨਾਂ ਦਾ ਸਾਨੂੰ ਸਾਥ ਨਾਲ ਆ, ਦੁਕਾਨਦਾਰ ਵੀ ਨਾਲ ਆ ਤੇ ਮੁਲਾਜ਼ਮ ਵੀ ਸਾਡੇ ਨਾਲ ਆ, ਸਾਰੇ ਰਲ ਕੇ ਇਹਨਾਂ ਦਾ ਬੀਜੇਪੀ ਦਾ ਵਿਰੋਧ ਕਰ ਰਹੇ ਆ। ਦੇਖਿਓ ਤੁਸੀਂ ਜਲੰਧਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਵੋਟ ਜਲੰਧਰ ਜ਼ਿਲ੍ਹੇ 'ਚ ਨਿਕਲੂ ਜਮਾਨਤ ਜ਼ਬਤ। ਆਮ ਜਿਹੜੇ ਵੋਟਰ ਨੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਾਗਰਤ ਕਰਾਂਗੇ, ਦੱਸਾਂਗੇ ਦੇਸ਼ ਦੇ ਦੇਸ਼ ਬਚਾਉਣਾ ਤੇ ਬੀਜੇਪੀ ਦਾ ਵਿਰੋਧ ਕਰਨਾ ਪਊ, ਬੀਜੇਪੀ ਦਾ ਬਾਈਕਾਟ ਕਰਨਾ ਪਊਗਾ, ਨਹੀਂ ਤਾਂ ਇਹ ਜਿਹੜਾ ਸਾਡਾ ਵੋਟ ਦਾ ਸੰਵਿਧਾਨ ਆ ਸਾਨੂੰ ਡਾਕਟਰ ਅੰਬੇਦਕਰ ਸਾਹਿਬ ਨੇ ਦਿੱਤਾ ਸੀਗਾ ਉਹ ਸਾਡਾ ਖਤਮ ਹੋ ਜਾਊਗਾ। ਕੀ ਸਾਡਾ ਕਸੂਰ ਸੀਗਾ ਜੇ ਦਿੱਲੀ ਨੂੰ ਆਪਣੀ ਗੱਲ ਰੱਖਣ ਚੱਲੇ ਸੀਗੇ, ਸਾਡੇ ਰਸਤੇ ਵਿੱਚ ਕਿੱਲਾ ਲਾ ਕੇ ਸਾਡੇ ਰਸਤੇ ਰੋਕ ਗਏ, ਚੁੱਪ ਕਰਨ ਨੂੰ ਗੋਲੀ ਮਾਰ ਕੇ ਮਾਰਤਾ, ਮੁਲਾਜ਼ਮਾਂ ਦੀ ਗੋਲੀ ਨੇ ਮਰਿਆ, ਕਿਹਾ ਸੀ ਮੋਦੀ ਨੇ 15-15 ਲੱਖ ਖਾਤਿਆਂ 'ਚ ਪਾਊਗਾ, ਕਿੱਥੇ ਗਿਆ 15 ਲੱਖ ਵਾਲੀ ਗੱਲ, ਕਿੱਥੇ ਗਿਆ ਇਹ ਕਹਿੰਦੇ ਸੀ ਕਰਜ਼ਾ ਮੁਕਤ ਕਰਾਂਗੇ ਪੰਜਾਬ ਦੇ ਲੋਕਾਂ ਦਾ, ਕਾਰਪੋਰੇਟ ਘਟਾਣਿਆਂ ਦਾ ਕਰਜ਼ਾ ਮਾਫ਼ ਕਰਤਾ, ਸਾਡਾ ਕਰਜ਼ਾ ਮਾਫ਼ ਕਿਉਂ ਨਹੀਂ ਕੀਤਾ?
ਡੈਮ ਸੇਫਟੀ ਐਕਟ ਜਿਹੜਾ ਸੀਗਾ ਉਹ ਸਾਡਾ ਉਹਦਾ ਪੰਜਾਬ ਦਾ ਉੱਥੋਂ ਸਾਡਾ ਹੱਕ ਖਤਮ ਕਰ ਦਿੱਤਾ ਆ, ਉਹਦੇ ਵਿੱਚੋਂ ਪੌਪ ਡੈਮ ਦੇ ਵਿੱਚੋਂ ਭਾਖੜਾ ਡੈਮ ਦੇ ਵਿੱਚੋਂ ਸਾਡੇ ਹੱਕ ਖਤਮ ਕਰਕੇ ਸਭ ਕੁਛ ਮੋਦੀ ਸਰਕਾਰ ਲੁੱਟ ਲੁੱਟ ਕੇ ਲਿਜਾਈ ਜਾ ਰਹੀ ਆ, ਰੇਲਵੇ ਸਟੇਸ਼ਨ ਵੇਚਤੇ ਆ, ਅੱਜ ਜੇ ਦੇਸ਼ ਨੂੰ ਬਚਾਉਣਾ ਤੇ ਮੋਦੀ ਦਾ ਤੁਹਾਨੂੰ ਵਿਰੋਧ ਪੂਰੇ ਦੇਸ਼ ਵਿੱਚ ਵੋਟੋ ਤੇ ਸਪੋਟੋ ਕਰਨਾ ਪਊਗਾ, ਇਹਨੂੰ ਵੋਟ ਨਾ ਪਾਇਓ, ਵੋਟ ਦਾ ਸੰਵਿਧਾਨ ਦਾ ਹੱਕ ਜਿਹੜਾ ਤੁਹਾਡਾ ਖਤਮ ਹੋ ਜਾਊਗਾ, ਇਸ ਕਰਕੇ ਮੇਰੀ ਇਹੀ ਬੇਨਤੀ ਆ ਇਹਨੂੰ ਵੋਟ ਨਾ ਪਾਓ, ਸੂਝਵਾਨ ਵੋਟਰਾਂ ਨੂੰ ਸੂਝਵਾਨ ਜਿਹੜੇ ਵਧੀਆ ਤੁਸੀਂ ਤਾਂ ਕੈਂਡੀਡੇਟ ਆਪਣੇ ਇਲਾਕਿਆਂ ਦੇ ਵਿੱਚੋਂ ਚੁਣ ਕੇ ਆਪਣੇ ਇਲਾਕੇ ਦੇ ਕੈਂਡੀਡੇਟ ਨੂੰ ਵੋਟ ਪਾਇਓ, ਨਹੀਂ ਤਾਂ ਇਹ ਲੋਕ ਤੁਹਾਨੂੰ ਪਾਗਲ ਬਣਾਉਣਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।